ਇਹ ਧੀਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੀਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਪਹਿਲਾਂ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾ ਚੁੱਕੇ ਹਾਂ, ਇਹ ਜੋ ਫੈਕਟਰੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਫੇਰ ਇੱਥੋਂ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ, ਇਹਦਾ ਨਾਮ ਹੈ ਵਿਰਦੀ ਕ੍ਰੀਏਟਿਵ ਫਿਊਚਰ ਕਿਚਨ। ਸੋ ਬਹੁਤ ਹੀ ਵਧੀਆ ਜੋ ਇਹਨਾਂ ਦਾ ਵਰਕ ਹੈ, ਸਾਨੂੰ ਕਾਫੀ ਫੋਨ ਆਏ ਨੇ, ਸੋ ਇਹਨਾਂ ਨੂੰ ਵੀ ਫੋਨ ਆਏ ਹੋਣਗੇ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਅੱਜ ਇਹਨਾਂ ਦਾ ਜੋ ਵਰਕ ਕੀਤਾ ਹੋਇਆ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ। ਤੇ ਆਓ ਆਪਾਂ ਚੱਲਦੇ ਹਾਂ ਇਸ ਫੈਕਟਰੀ ਦੇ ਅੰਦਰ ਅਤੇ ਕਰਦੇ ਹਾਂ ਹੁਣ ਆਪਾਂ ਗੱਲਬਾਤ। ਬਹੁਤ ਵਧੀਆ ਜੀ, ਤੁਹਾਡੀ ਵੀਡੀਓ ਜਿਹੜੀ ਪਾਈ ਆਪਾਂ ਨੇ ਕਾਫੀ ਚੱਲੀ ਆ। ਹਾਂਜੀ ਹਾਂਜੀ, ਤੇ ਫਰਮ ਦਾ ਨਾਮ ਇੱਕ ਵਾਰੀ ਫੇਰ ਮਤਲਬ ਕਿ ਦਰਸ਼ਕਾਂ ਨੂੰ ਦੱਸੋ ਜੀ। ਆਪਾਂ ਬਾਇਓਫੋਰਜ ਇੰਡਸਟਰੀ ਆਪਣੀ ਫੈਕਟਰੀ ਦਾ ਰਜਿਸਟ੍ਰੇਸ਼ਨ ਨੰਬਰ ਹੈ ਤੇ ਵੀ ਕ੍ਰੀਏਟਿਵ ਆਪਣਾ ਬ੍ਰਾਂਡ ਹੈ ਜਿਸ ਦੇ ਵਿੱਚ ਆਪਾਂ ਕਹਿਣ ਦਾ ਮਤਲਬ ਇੰਟੀਰੀਅਰ ਦੇ ਰਿਲੇਟਡ ਸਾਰੇ ਵਰਕ ਕਰਦੇ ਹਾਂ ਜੀ। ਜਿਹੜੀ ਤੁਹਾਡੀ ਵੀਡੀਓ ਬਣਾਈ ਉਸ ਦੇ ਸਾਨੂੰ ਬਹੁਤ ਕਾਲਸ ਆਈਆਂ, ਬਹੁਤ ਇਨਕੁਆਇਰੀਆਂ ਆਈਆਂ ਤੇ ਉਸ ਦੇ ਲਈ ਮੈਂ ਤੁਹਾਨੂੰ ਵੀ ਅਰਜ ਕੀਤੀ ਵੀ ਤੁਸੀਂ ਵੀ ਆਓ ਤੇ ਆਪਾਂ ਇੱਕ ਅੱਧੀ ਸਾਈਟ ਵਿਜ਼ਿਟ ਕਰਵਾਈਏ ਜੀ। ਸਾਨੂੰ ਕਾਫੀ ਫੋਨ ਵੀ ਆਏ ਆ, ਕਹਿੰਦੇ ਵੀ ਇਹ ਕਿੱਥੇ ਆ, ਸਾਨੂੰ ਵਿਜ਼ਿਟ ਕਰਾਓ। ਅੱਛਾ, ਤੇ ਕਈਆਂ ਦੇ ਮੈਸੇਜ ਇੱਦਾਂ ਦੇ ਵੀ ਆਏ ਆ ਕਿ ਬਈ ਸਾਨੂੰ ਥੋੜਾ ਜਿਹਾ ਕੰਮ ਵੀ ਦਿਖਾਇਆ ਜਾਵੇ। ਅੱਛਾ, ਜੇ ਕਿਤੇ ਮਤਲਬ ਕਿ ਨੇੜੇ ਤੇੜੇ ਆਪਣਾ ਕੁਰਾਲੀ ਦੇ ਆਸ ਪਾਸ ਕੰਮ ਹੈ ਚੱਲ ਰਿਹਾ ਇਸ ਵੇਲੇ ਤਾਂ ਉਹ ਵੀ ਮਤਲਬ ਕਿ ਦਿਖਾਓ ਹਨਾ। ਹਾਂਜੀ ਹਾਂਜੀ, ਤੇ ਬਾਕੀ ਬਹੁਤ ਵਧੀਆ ਰਿਸਪੋਂਸ ਆ ਰਿਹਾ। ਨਹੀਂ ਨਹੀਂ ਭਾਜੀ, ਸਾਨੂੰ ਵੀ ਕਾਫੀ ਤੁਹਾਡੇ ਵੀਡੀਓ ਪਾਉਣ ਤੋਂ ਬਾਅਦ ਬਹੁਤ ਫੋਨ ਆਏ, ਬਹੁਤ ਮੈਸੇਜਸ ਆਏ, ਕੰਮ ਦੇ ਉਹਦੇ ਲਈ ਵੀ ਬਹੁਤ ਕਾਫੀ ਹੁੰਗਾਰਾ ਮਿਲਿਆ ਜੀ। ਤੇ ਮੈਂ ਪਹਿਲਾਂ ਤੁਹਾਨੂੰ ਮਿਲਾਦਾ, ਇਹ ਮੇਰੇ ਵੱਡੇ ਭਰਾ ਨੇ ਜੀ, ਇਹ ਪ੍ਰੋਡਕਸ਼ਨ ਤੇ ਸਾਰਾ ਕੁਝ ਇਹਨਾਂ ਦਾ ਇਹੀ ਦੇਖਦੇ ਹੀ, ਸਾਰਾ ਕੁਝ ਸਾਂਭਦੇ ਆ ਫੈਕਟਰੀ ਜੀ। ਤੇ ਸਾਈਟ ਯਾਨੀ ਕਿ ਜਿੰਨੀ ਵੀ ਟੈਕਨੀਕਲ, ਜਿਹੜਾ ਜਿਸ ਤਰ੍ਹਾਂ ਆਪਾਂ ਨੇ ਦੋ ਨੰਬਰ ਦਿੱਤੇ ਨਾ, ਇੰਨਾ ਜ਼ਿਆਦਾ ਟੈਕਨੀਕਲ ਮੈਂ ਹੈ ਨਹੀਂ ਜਿੰਨਾ ਇਹ ਹੈ, ਤੇ ਇਹ ਸਾਰਾ ਟੈਕਨੀਕਲ ਪੁਆਇੰਟ ਕਸਟਮਰ ਨੂੰ ਸਮਝਾ ਦਿੰਦੇ ਜੀ। ਤੇ ਜੇ ਗੱਲ ਰਹੀ ਸਾਈਟ ਦੀ, ਸਾਡੀਆਂ ਦੋ ਤਿੰਨ ਸਾਈਟਾਂ ਚੱਲ ਰਹੀਆਂ, ਨੀਅਰ ਬਾਈ ਸਾਡੀ ਇੱਕ DLF ਕਲੋਨੀ ਹੈ ਜੀ, ਉੱਥੇ ਆਪਣੀ ਇੱਕ ਸਾਈਟ ਆਲਰੇਡੀ 90% ਕੰਪਲੀਟ ਹੋ ਗਈ ਹੈ। ਉਹ ਅੱਜ ਤੁਹਾਨੂੰ ਵਿਜ਼ਿਟ ਕਰਾਵਾਂਗੇ, ਵਿਜ਼ਿਟ ਕਰਾ ਕੇ ਉੱਥੇ ਤੁਹਾਨੂੰ ਕਿਚਨ ਦਿਖਾਵਾਂਗੇ, ਡੋਰਸ ਦਿਖਾਵਾਂਗੇ, ਤੁਹਾਨੂੰ ਅੰਦਰ ਦਾ ਜੋ ਮੰਦਿਰ ਬਣਾਇਆ ਉਹ ਦਿਖਾਵਾਂਗੇ, ਉਹਦੀ ਵਾਲ ਦੀ ਡਿਜ਼ਾਇਨਿੰਗ ਦਿਖਾਵਾਂਗੇ, ਉਹ ਸਾਰੇ ਡਿਜ਼ਾਈਨ ਦਿਖਾਵਾਂਗੇ। ਓਕੇ, ਬਾਕੀ ਆਪਣਾ ਕੁਰਾਲੀ ਵਿੱਚ ਵੀ ਚਾਵਲਾ ਜੀ ਦੇ, ਕੁਰਾਲੀ ਵਿੱਚ ਚਾਵਲਾ ਜੀ ਦੇ ਚੱਲ ਰਿਹਾ ਹੈ ਕੰਮ ਜੀ, ਚਾਵਲਾ ਜੀ ਦੇ ਬ੍ਰਦਰ ਦੇ ਚੱਲ ਰਿਹਾ, ਕੋਠੀ ਤਿਆਰ ਹੋ ਰਹੀ ਹੈ ਉਹਦੇ, ਆਪਾਂ ਜਦੋਂ ਉਹ ਕੰਪਲੀਟ ਹੋਈ ਉਸਦੀ ਵੀ ਵੀਡੀਓ ਤੁਹਾਡੇ ਚੈਨਲ ਦੇ ਸਭ ਨੂੰ ਦਿਖਾਵਾਂਗੇ, ਆਪਾਂ ਚਲਾਉਂਦੇ ਰਹਾਂਗੇ, ਹਾਂਜੀ ਰਹਾਂਗੇ, ਜਿਵੇਂ ਜਿਵੇਂ ਕੰਮ ਚੱਲਦਾ ਰਹੇਗਾ। ਹਾਂਜੀ, ਤੇ ਬਹੁਤ ਵਧੀਆ ਮਤਲਬ ਕਿ ਤੁਹਾਡਾ ਇਹ ਨਾਮ ਵੀ ਬਹੁਤ ਵਧੀਆ ਹੈ। ਹਾਂਜੀ, ਥੈਂਕ ਯੂ ਭਾਜੀ, ਇਹ ਸਾਡਾ ਯਾਨੀ ਕਿ ਕਹਿੰਦੇ ਉਹਦੇ ਗੋਤ, ਹਾਂ ਵਿਰਦੀ ਸਾਡਾ ਗੋਤ ਹੈ ਜੀ, ਉਹਦੇ ਕਰਕੇ ਅਸੀਂ ਵੀ ਕ੍ਰੀਏਟਿਵ ਦੇ ਨਾਂ ਤੇ ਬ੍ਰਾਂਡ ਬਣਾਇਆ। ਬਿਲਕੁਲ ਜੀ, ਬਿਲਕੁਲ, ਕਿਉਂਕਿ ਵੈਸੇ ਵੀ ਮਤਲਬ ਕਿ ਜੋ ਇਹ ਖਾਨਦਾਨੀ ਹੋ ਜਾਂਦਾ ਹੈ। ਹਾਂਜੀ ਹਾਂਜੀ, ਜਿਵੇਂ ਆਪਣੇ ਉਹ ਇਹ ਸਾਡਾ ਕੰਮ ਹੀ ਪੁਸ਼ਤੈਨੀ ਹੈ ਜੀ, ਫਾਦਰ ਸਾਹਿਬ ਨੇ ਕਰਿਆ ਸੀ 95 ਚ, 1995 ਸ਼ੁਰੂ ਕੀਤਾ ਸੀ ਜੀ ਕੁਰਾਲੀ ਚ, ਤੇ ਮਸ਼ੀਨ ਸਾਡੀ ਕੁਰਾਲੀ ਦੀ ਸਭ ਤੋਂ ਪਹਿਲੀ ਮਸ਼ੀਨ ਸਾਡੀ ਹੋ ਤੀ ਲੱਕੜ ਦੀ, ਤੇ ਉਸ ਤੋਂ ਬਾਅਦ ਡੈਡੀ ਦਾ ਕੰਮ ਸ਼ੁਰੂ ਕੀਤਾ ਹੋਇਆ, ਅੱਜ ਅਸੀਂ ਅੱਗੇ ਵਧਾ ਰਹੇ ਜੀ। ਬਹੁਤ ਅੱਛੀ ਗੱਲ ਹੈ ਜੀ, ਸੋ ਆਪਣੇ ਜੋ ਬਜ਼ੁਰਗਾਂ ਦੀ ਰੀਤ ਨੂੰ ਮਤਲਬ ਕਿ ਅੱਗੇ ਚਲਾਉਣਾ। ਹਾਂਜੀ ਹਾਂਜੀ, ਬਹੁਤ ਇਹਦੇ ਚ ਮਤਲਬ ਕਿ ਤੁਹਾਡੀ ਵੀ ਇੱਕ ਉਹ
ਵਧੀਆ ਸੋਚ ਹੈ। ਹਾਂਜੀ 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 ਹਾਂ, ਕੋਈ ਨੀ, ਅਸੀਂ ਤੁਹਾਨੂੰ ਅੱਜ ਸਾਈਟ ਵਿਜ਼ਿਟ ਕਰਾਉਂਦੇ ਹਾਂ ਜੀ। ਤੁਸੀਂ ਸਾਈਟ ਤੇ ਦੇਖੋ, ਉੱਥੇ ਡੋਰਸ ਦੇਖਿਓ, ਉੱਥੇ ਕਿਚਨ ਦੇਖਿਓ ਕਿਵੇਂ ਬਣ ਰਹੀ ਹੈ, ਕਿਵੇਂ ਤੁਹਾਡਾ ਕੰਮ ਚੱਲ ਰਿਹਾ, ਪੋਲਿਸ਼ ਵਰਕ ਦੇਖਿਓ, ਡਿਜ਼ਾਈਨਿੰਗ ਐਲੀਵੇਸ਼ਨ ਵਰਕ ਦੇਖਿਓ, ਫੇਰ ਤੁਹਾਨੂੰ ਪਤਾ ਲੱਗੇਗਾ ਕੰਮ ਦੀ ਕੁਆਲਿਟੀ ਜੀ। ਸੋ ਆਪਾਂ ਫੇਰ ਚੱਲਦੇ ਹਾਂ। ਹਾਂਜੀ ਹਾਂਜੀ, ਐਲਸੀਡੀ ਪੈਨਲ ਬਣ ਰਿਹਾ ਜੀ। ਹਾਂਜੀ ਹਾਂਜੀ, ਇਸ ਸਾਈਡ ਆ ਕਿਚਨ ਹੈ ਜੀ, ਆਹ ਦੇਖੋ ਕਿਚਨ ਦਿਖਾਈ ਤੁਹਾਨੂੰ, ਇਹ ਕਿਚਨ ਸੈਟਅਪ ਕਰ ਰਹੇ ਹਾਂ। ਇਹ ਅੰਦਰ ਵੀ ਕਿਚਨ ਹੈ ਜੀ, ਦੇਖੋ ਬਹੁਤ ਵਧੀਆ, ਮਤਲਬ ਪੂਰੀ ਕੋਠੀ ਦਾ ਕੰਮ ਹੋ ਰਿਹਾ। ਇਹਨੂੰ ਪੂਰਾ ਘੁਮਾਓ ਉੱਪਰ ਤੱਕ, ਦੇਖੋ ਜੀ, ਕਿੰਨਾ ਵਧੀਆ। ਆ ਜਾਓ ਹੁਣ ਉੱਪਰ ਆ ਜਾਓ। ਹਾਂਜੀ, ਥੋੜਾ ਬਚਾ ਕੇ ਐਡਿੰਗ, ਪੇਂਟ ਪੂੰਟ ਹੋਣਾ ਸ਼ੁਰੂ ਹੋ ਗਿਆ ਇੱਥੇ। ਇਹ ਸੀਐਨਸੀ ਡਿਜ਼ਾਈਨਿੰਗ ਹੈ ਜੀ। ਹਾਂਜੀ ਹਾਂਜੀ ਹਾਂਜੀ, ਇਹ ਡੋਰ ਹੈ ਜੀ, ਆ ਦੇਖੋ ਪੋਲਿਸ਼ ਡੋਰ ਹੈ ਜੀ। ਲਓ ਜੀ ਆ ਡੋਰ ਦੇਖੋ ਜੀ, ਬੜਾ ਮਜ਼ਬੂਤ ਡੋਰ ਹੈ। ਹਾਂਜੀ ਹਾਂਜੀ, ਪੋਲਿਸ਼ ਇਸ ਸਾਈਡ ਤੇ ਵੀ ਹੈ ਜੀ, ਲੀਵਸ ਲੱਗੇ ਨੇ, ਹੁਣ ਘਰ ਦੀ ਇੱਕ ਮੇਨ ਚੀਜ਼ ਤੁਹਾਨੂੰ ਦਿਖਾਉਣ ਲੱਗਿਆ, ਜਿਹਨੂੰ ਕਹਿਣ ਦਾ ਵੀ ਇੱਕ ਆਪਣੇ ਰੱਬ ਦਾ ਘਰ, ਉਹ ਦੇਖੋ ਜੀ, ਇਹ ਬਣਾਇਆ ਹੋਇਆ ਜੀ। ਇਹ ਮੰਦਰ ਹੈ ਜੀ, ਪੂਜਾ ਰੂਮ। ਦੇਖੋ ਜੀ ਕਿੰਨਾ ਵਧੀਆ ਹੈ, ਜੋ ਮੰਦਰ ਬਣਾਇਆ ਗਿਆ, ਬੈਠ ਕੇ ਮਨ ਨੂੰ ਸ਼ਾਂਤੀ ਮਿਲੇ ਜੀ, ਪੂਜਾ ਕਰੋ, ਪਾਠ ਕਰੋ। ਇਹ ਜੀ ਆਪਣੇ ਡਾਊਨ ਸੀਲਿੰਗ ਕੀਤੀ ਹੋਈ ਹੈ, ਵੁੱਡ ਦੀ ਪੂਰੀ ਪੋਲਿਸ਼ ਕੀਤੀ ਹੋਈ ਹੈ। ਹਾਂਜੀ, ਇਹ ਡੋਰ ਹੈ ਜੀ, ਇਹਦੀ ਆਪਣੀ ਕਮ ਸੇ ਕਮ 20 ਫੁੱਟ ਦੀ ਹਾਈਟ ਹੈ ਜੀ, ਅਤੇ ਪੂਰੀ ਥਿਕਨੈਸ ਨਾਲ ਸੋਲਿਡ ਡੋਰ ਹੈ ਜੀ, ਪੋਲਿਸ਼ ਵਾਲਾ।
ਸੀਐਨਸੀ ਡਿਜ਼ਾਈਨਿੰਗ ਦਾ। ਅਸੀਂ ਹੁਣ ਤੁਹਾਨੂੰ ਮਿਲਾ ਰਹੇ ਹਾਂ ਜਿਹਨਾਂ ਦੀ ਇਹ ਕੋਠੀ ਮਹਿਲ ਤਿਆਰ ਹੋ ਰਿਹਾ, ਭਾਜੀ ਦੀਪਕ ਭਾਜੀ ਹੈ। ਭਾਜੀ ਤੁਹਾਨੂੰ ਕੰਮ ਦੇ ਵਿੱਚ ਕੋਈ ਪ੍ਰੋਬਲਮ ਜਾਂ ਕੰਮ ਦੇ ਵਿੱਚ ਕਿਵੇਂ ਦਾ ਲੱਗਿਆ ਤੁਹਾਨੂੰ ਕੰਮ? ਨਹੀਂ, ਕੰਮ ਤਾਂ ਬਹੁਤ ਵਧੀਆ ਹੈਗਾ, ਸਫੀਸ਼ੀਐਂਟ, ਮਤਲਬ ਅਸੀਂ ਬਹੁਤ ਹੈਪੀ ਹੈਗੇ ਹਾਂ ਕਿ ਐਕਚੁਅਲ ਵਿੱਚ ਜੋ ਸੀਐਨਸੀ ਕਟਿੰਗ ਜਾਂ ਵੀ ਕਿਚਨ ਅਸੀਂ ਬਣਵਾਈ ਹੈ, ਹਾਂਜੀ, ਉਹ ਮਤਲਬ ਅਸੀਂ ਸੈਟੀਸਫਾਈਡ ਟੋਟਲ। ਠੀਕ ਹੈ, ਠੀਕ ਹੈ ਭਾਜੀ, ਥੈਂਕ ਯੂ। ਓਕੇ ਸਰ, ਵਿਊ ਦੇਣ ਲਈ ਕਿਉਂ ਸਾਡੇ ਕਸਟਮਰ ਨੇ ਕੱਲ ਸਾਨੂੰ ਵੀਡੀਓ ਚ ਪਾਇਆ ਸੀ ਵੀ ਸਾਨੂੰ ਤੁਸੀਂ ਸਾਈਟ ਤੇ ਦਿਖਾਓ ਕੰਮ। ਓਕੇ ਜੀ, ਓਕੇ, ਤਾਂ ਅਸੀਂ ਅੱਜ ਤੁਹਾਡੇ ਸਾਈਟ ਤੇ ਲੈ ਕੇ ਆਏ ਆ। ਡੈਫੀਨੇਟਲੀ ਜੀ, ਕਦੀ ਵੀ ਆ ਸਕਦੇ ਹੋ ਤੁਸੀਂ। ਠੀਕ ਹੈ ਭਾਈ, ਥੈਂਕ ਯੂ ਭਾਈ। ਓਕੇ ਜੀ। ਬਹੁਤ ਵਧੀਆ ਮਤਲਬ ਕਿ ਇੰਨੀ ਕੁਆਲਿਟੀ ਦੇਣੀ ਬੜੀ ਮੁਸ਼ਕਿਲ ਹੋ ਜਾਂਦੀ ਆ, ਬੜੀ ਮਿਹਨਤ ਕਰਦੇ ਆ ਤੁਸੀਂ, ਬੜੀ ਸ਼ਿੱਦਤ ਦੇ ਨਾਲ ਲੱਗੇ ਹੋਏ ਹੋ, ਤੁਹਾਨੂੰ ਇਸ ਦੀਆਂ ਮੁਬਾਰਕਾਂ ਵੀ ਨੇ। ਹਾਂਜੀ, ਅਤੇ ਇੱਦਾਂ ਦੀਆਂ ਵੀਡੀਓ ਵੀ ਆਪਾਂ ਪਾਉਂਦੇ ਰਹਾਂਗੇ। ਸੋ ਜਰੂਰ ਜੀ, ਅੱਗੇ ਆਉਣ ਵਾਲੇ ਆਪਣੇ ਕਾਫੀ ਪ੍ਰੋਜੈਕਟ ਹੈ ਜੀ, ਆਪਾਂ ਬਹੁਤ ਸਾਰਾ ਮਸਾਲਾ ਤੁਹਾਨੂੰ ਦਿਖਾਵਾਂਗੇ, ਵਧੀਆ ਵਧੀਆ ਸਾਈਟਾਂ ਦਿਖਾਵਾਂਗੇ। ਹਾਂਜੀ, ਕਹਿਣ ਦਾ ਮਤਲਬ ਵੀ ਆਪਣਾ ਵਰਕ ਦਾ ਪ੍ਰੋਫੈਸ਼ਨਲੀ ਤਰੀਕੇ ਨਾਲ ਜਿੱਦਾਂ ਅਸੀਂ ਵਰਕ ਕਰਦੇ ਹਾਂ, ਉਹ ਸਾਡੇ ਵਰਕ ਦੀ ਕੁਆਲਿਟੀ ਉਹ ਤੁਹਾਡੀ ਵੀਡੀਓ ਚ ਆਪੇ ਖੁਦ ਬੋਲੂਗੀ। ਉਹ ਤੁਸੀਂ ਹੁਣ ਦੇਖ ਕੇ ਆਏ ਹੋ ਕਿਸ ਤਰ੍ਹਾਂ ਦੇ, ਆਪਾਂ 20 ਫੁੱਟ ਦੇ ਡੋਰਸ ਹੋ ਗਏ, ਕਿਚਨ ਹੋ ਗਈ, ਮੰਦਿਰ ਹੋ ਗਿਆ, ਸੀਲਿੰਗ ਹੋ ਗਈ, ਵਾਲਸ ਹੋ ਗਈਆਂ, ਇਹ ਸਾਰਾ ਤੁਸੀਂ ਦੇਖਿਆ, ਬਹੁਤ ਵਧੀਆ ਦੇਖ ਕੇ ਨਜ਼ਾਰਾ ਆ ਗਿਆ। ਸੋ ਦਰਸ਼ਕ ਵੀ ਹੁਣ ਇਹਨੂੰ ਦੇਖਣਗੇ, ਬਹੁਤ ਵਧੀਆ ਲੱਗੂਗਾ। ਸੋ ਮੈਂ ਅਪੀਲ ਕਰਦਾ ਸਾਰੇ ਦਰਸ਼ਕਾਂ ਨੂੰ, ਤੁਹਾਨੂੰ ਇਹ ਸਾਰੀ ਜੋ ਵੀਡੀਓ ਦਿਖਾਈ ਹੈ ਇਹਦੇ ਤੇ ਲਾਈਕ, ਸ਼ੇਅਰ ਅਤੇ ਕਮੈਂਟ ਵੀ ਕਰੋ, ਅਤੇ ਅੱਗੇ ਨੂੰ ਜਿਨ੍ਹਾਂ ਨੇ ਵੀ ਇਹ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਹੈ ਤਾਂ ਸਾਡੇ ਲੱਕੀ ਜੀ ਨੇ, ਇਹਨਾਂ ਨੇ ਆਪਣਾ ਨੰਬਰ ਇਹਨਾਂ ਦਾ ਜੋ ਹੈ ਉਹਦੇ ਤੇ ਵੀ ਫੋਨ ਕਰਨਾ, ਤੇ ਵੀਰ ਜੀ ਆਪਣੇ ਜਤਿੰਦਰ ਜੀ ਨੇ। ਸੋ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਇਹ ਰਲ ਮਿਲ ਕੇ ਆਪਣੀ ਇਸ ਫੈਕਟਰੀ ਨੂੰ ਚਲਾ ਰਹੇ ਨੇ, ਤੁਹਾਨੂੰ ਵਧੀਆ ਵਧੀਆ ਇਹੋ ਜਿਹੇ ਕੰਮ ਦਿਖਾ ਰਹੇ ਨੇ। ਸੋ ਇਦਾਂ ਦੀਆਂ ਵਧੀਆ ਵਧੀਆ ਇਹਨਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਸੋ ਅੱਗੇ ਨੂੰ ਵੀ ਤੁਹਾਨੂੰ ਇਹਨਾਂ ਦੇ ਜੋ ਵਰਕ ਹੋਣਗੇ ਨਵੇਂ ਨਵੇਂ ਤੁਹਾਨੂੰ ਦਿਖਾਉਂਦੇ ਜਾਵਾਂਗੇ, ਤੁਸੀਂ ਉਹਨਾਂ ਨੂੰ ਦੇਖਦੇ ਜਾਇਓ ਅਤੇ ਇਹਨਾਂ ਦੇ ਨਾਲ ਕੰਟੈਕਟ ਵੀ ਕਰਿਓ। ਬਾਕੀ ਜੇ ਸਾਨੂੰ ਕੋਈ ਕਹੂਗਾ ਜੀ ਅਸੀਂ ਇਹਨਾਂ ਦਾ ਚੈਨਲ ਸਬਸਕ੍ਰਾਈਬ ਕੀਤਾ ਹੈ ਤੇ ਉਹ ਆ ਕੇ ਸਾਥੇ ਐਕਸਟਰਾ ਡਿਸਕਾਊਂਟ ਵੀ ਲੈ ਸਕਦਾ। ਹਾਂਜੀ, ਸੋ ਦੇਖੋ ਜੀ ਇਹ ਵੀ ਇੱਕ ਬਹੁਤ ਵੱਡੀ ਆਫਰ ਵੀ ਜੀ ਨੇ, ਨਾਮ ਲੈ ਕੇ ਤੁਸੀਂ ਸਾਥੇ ਡਿਸਕਾਊਂਟ ਵੀ ਲੈ ਸਕਦੇ ਆ। ਤੁਸੀਂ ਕਹੋ ਵੀ ਆ ਸਾਡਾ ਚੈਨਲ ਆ, ਅਸੀਂ ਸਬਸਕ੍ਰਾਈਬ ਕਰਿਆ ਜਾਂ ਲਾਈਕ ਸ਼ੇਅਰ ਕਰਿਆ ਵੀ ਅਸੀਂ ਉਤੋਂ ਅਸੀਂ ਡਿਸਕਾਊਂਟ ਦਊਂਗੇ, ਜੋ ਸਾਡਾ ਡਿਸਕਾਊਂਟ ਹੋਊਗਾ ਤੁਹਾਡਾ ਪੂਰਾ ਪੂਰਾ ਕੈਨਵਾਸ ਮਾਲ ਦਾ ਪੂਰਾ ਦਿੱਤਾ ਹੈ ਜਿਹੜਾ ਬੰਦਾ ਜਵਾਬ ਹੋਊਗਾ ਜੀ ਉਹਦਾ ਪੂਰਾ ਡਿਸਕਾਊਂਟ ਦੇਣਗੇ। ਸੋ ਦੇਖੋ ਜੀ ਇਹਨਾਂ ਨੇ ਇਹ ਵੀ ਇੱਕ ਡਿਸਕਾਊਂਟ ਦੇਤਾ, ਜੋ ਇਹ ਧਮਾਨ ਚੈਨਲ ਦੀ ਵੀਡੀਓ ਦੇਖ ਕੇ ਉਹਨੂੰ ਪੂਰੀ ਦੇਖ ਕੇ ਇਹਨਾਂ ਦੇ ਨਾਲ ਗੱਲਬਾਤ ਕਰੇਗਾ ਕਿ ਅਸੀਂ ਆਹ ਦੇਖਿਆ, ਸੋ ਉਹਨਾਂ ਨੂੰ ਪੂਰਾ ਡਿਸਕਾਊਂਟ ਵੀ ਦਿੱਤਾ ਜਾਵੇਗਾ। ਇਹ ਵੀ ਇੱਕ ਬਹੁਤ ਵੱਡੀ ਆਫਰ ਹੈ। ਸੋ ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਮਿਹਰਬਾਨੀ।